ਪੰਜਾਬ ਦੇ ਸਿੱਖਿਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਿਦਿਅਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਤੱਕ ਕਿਤਾਬਾਂ ਪਹੁੰਚੀਆਂ ਅੱਜ 1 ਤੋਂ ਲੈ ਕੇ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਰਦੀਆਂ ਵਾਸਤੇ 92.70 ਕਰੋੜ ਰੁਪਏ ਦੀ ਗ੍ਰਾਂਟ ਵੀ ਵਿਦਿਅਕ ਸੈਸ਼ਨ ਦੇ ਸ਼ੁਰੂ ਹੁੰਦਿਆਂ ਹੀ ਜਾਰੀ ਕੀਤੀ ਹੈ ਔਰ ਤੁਸੀਂ ਦੇਖੋ ਕਿ ਬੈਂਸ ਨੇ ਇੱਕ ਤੰਜ ਕਸਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨਵੰਬਰ-ਦਸੰਬਰ ਦੇ ਵਿੱਚ ਜਾ ਕੇ ਜਿਹੜੀਆਂ ਵਰਦੀਆਂ ਸੀ ਉਹਨਾਂ ਦਾ ਉਹਨਾਂ ਨੂੰ ਡਿਸਟ੍ਰੀਬਿਊਟ ਕਰਦੀਆਂ ਅਸੀਂ ਔਰ ਕਿਸ ਤਰ੍ਹਾਂ ਮਤਲਬ ਉਦੋਂ ਦੇ ਹਾਲਾਤ ਹੁੰਦੇ ਸੀਗੇ ਔਰ ਅੱਜ ਤੁਸੀਂ ਦੇਖ ਲਓ ਇਹਨਾਂ ਨੇ ਕਿਹਾ ਕਿ ਪੰਜਾਬ ਦੇ ਜਿੰਨੇ ਵੀ ਸਰਕਾਰੀ ਸਕੂਲ ਨੇ ਉਹਨਾਂ ਦੀਆਂ ਵਰਦੀਆਂ 1 ਅਪ੍ਰੈਲ ਤੱਕ ਜਿਹੜੀਆਂ ਨੇ ਉਹ ਉਪਲਬਧ ਹੋਣਗੀਆਂ ਔਰ ਪਿਛਲੀਆਂ ਸਰਕਾਰਾਂ ਦੇ ਸਮੇਂ ਨਵੰਬਰ ਦਸੰਬਰ ਤੱਕ ਨਹੀਂ ਸੀ ਮਿਲਦੀਆਂ ਵਰਦੀਆਂ ਇਤੰਜ ਕੱਸਿਆ ਹੈ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸੋਰਾ ਨੇ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਚੋਣਾਂ ਤੋਂ ਪਹਿਲਾਂ ਮਤਲਬ بڑے ਵਾਅਦੇ ਜਿਹੜੇ ਕੀਤੇ ਗਏ ਨੇ এডਿਕੇਸ਼ਨ ਦੇ ਖੇਤਰ ਵਿੱਚ ਸਿੱਖਿਆ ਦੇ ਖੇਤਰ ਵਿੱਚ ਔਰ ਸਿਹਤ ਦੇ ਖੇਤਰ ਦੇ ਵਿੱਚ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਰਕਾਰ ਬਣਿਆ ਨੂੰ ਮਹਿਜ਼ ਅਜੇ ਸਵਾ ਕੁ ਸਾਲ ਦੇ ਕਰੀਬ ਹੋਇਆ ਹੈ ਔਰ ਇੱਕ ਸਾਲ ਸਮਥਿੰਗ ਮਹੀਨੇ ਔਰ ਤੁਸੀਂ ਦੇਖ ਲਓ ਕਿ ਬਹੁਤ ਕੁਝ ਬਦਲ ਗਿਆ ਹੈ ਇਹ ਨਹੀਂ ਹੈ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਖੁਸ਼ ਨਹੀਂ ਹੈ ਬਹੁਤ ਖੁਸ਼ ਨੇ ਜਿਸ ਤਰ੍ਹਾਂ ਟੋਲ ਪਲਾਜ਼ਿਆਂ ਨੂੰ ਇਹਨਾਂ ਨੇ ਬੰਦ ਕਰਵਾਉਣ ਦਾ ਸਿਲਸਲਾ ਸ਼ੁਰੂ ਕੀਤਾ ਹੋਇਆ ਹੈ ਹੋਰ ਵੀ ਭ੍ਰਸ਼ਟਾਚਾਰੀ ਨੂੰ ਨੱਥ ਪਾਉਣ ਵਾਸਤੇ ਆਪਣੇ ਅੰਤ ਤੱਕ ਨੂੰ ਨਹੀਂ ਇਹ ਲੋਕ ਬਖਸ਼ਦੇ ਲੇਕਿਨ ਸਕੂਲ ਦੇ ਵਿੱਚ ਜਿਹੜੇ ਬੱਚੇ ਸਰਕਾਰੀ ਸਕੂਲ 'ਚ ਪੜ੍ਹਦੇ ਨੇ ਉਹਨਾਂ ਵਾਸਤੇ ਬਹੁਤ ਵੱਡੀ ਔਰ ਰਾਹਤ ਵਾਲੀ ਖਬਰ ਹੈ ਕਿ 1 ਅਪ੍ਰੈਲ ਤੋਂ ਜਿਹੜੀਆਂ ਐਡਰੈਸਿਸ ਨੇ ਸਕੂਲ ਦੀ ਯੂਨੀਫਾਰਮ ਹੈ ਉਹਨਾਂ ਤੱਕ ਪਹੁੰਚ ਜਾਣਗੀਆਂ ਔਰ ਦੂਜੇ ਪਾਸੇ ਜੇ ਗੱਲ ਕਰੀਏ ਤੇ ਪੰਜਾਬ ਆਪ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਕਾਫੀ ਸੁਚੇਤ ਨੇ ਕਾਫੀ ਜਿਆਦਾ ਇਸ ਚੀਜ਼ ਨੂੰ ਲੈ ਕੇ ਸੀਰੀਅਸ ਹੁੰਦੇ ਨੇ ਕਿ ਅਸਲ ਦੇ ਵਿੱਚ ਜੋ ਅਸੀਂ ਕਿਹਾ ਹੋਇਆ ਠੀਕ ਹੈ ਟਾਈਮ ਲੱਗ ਸਕਦਾ ਹੈ ਲੇਕਿਨ ਇਹ ਨਹੀਂ ਹੋ ਸਕਦਾ ਕਿ ਉਸ ਨੂੰ ਪੂਰਾ ਨਹੀਂ ਕਰਾਂਗੇ ਸ਼ਾਇਦ ਇਹੀ ਇੱਕ ਕਾਰਨ ਹੈ ਕਿ ਬਹੁਤ ਬੁਰਾ ਹਾਲ ਹੋਇਆ ਜਿਹੜਾ ਪੰਜਾਬ ਸਾਡਾ ਸਾਨੂੰ ਮਿਲਿਆ ਲੇਕਿਨ ਅਸੀਂ ਇਸ ਨੂੰ ਰਸਤੇ ਤੇ ਲਿਆਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਔਕੜਾਂ ਬਹੁਤ ਆਉਣਗੀਆਂ ਬਹੁਤ ਆਉਣਗੀਆਂ ਪਰ ਅਸੀਂ ਹਰ ਔਕੜ ਨੂੰ ਫਤਿਹ ਪ੍ਰਾਪਤ ਕਰਾਂਗੇ ਸੋ ਦੋਸਤੋ ਜਿੱਥੇ पूरा पंजाब ਜਿਹੜਾ ਹੈ ਉਹ ਸਰਕਾਰੀ ਸਕੂਲਾਂ ਦੀ ਪੜ੍ਹਾਈ ਤੋਂ ਚਿੰਤਤ ਹੋਇਆ ਕਰਦਾ ਸੀ ਲੇਕਿਨ ਹੁਣ ਉਹਨਾਂ ਦੀ ਚਿੰਤਾ ਖਤਮ ਹੈ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਅੱਛੇ ਪ੍ਰਬੰਧ ਕੀਤੇ ਜਾ ਰਹੇ ਨੇ ਅੱਛਾ ਸਟਾਫ ਉਸ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਬੱਚਿਆਂ ਦੇ ਖੇਡ ਦਾ ਸਾਫ਼ ਪਾਣੀ ਦਾ ਗਰਾਊਂਡਸ ਦਾ ਪ੍ਰਬੰਧ ਕੀਤਾ ਜਾ ਰਿਹਾ ਤਾਂ ਕਿ ਬੱਚਿਆਂ ਦੇ ਅੰਦਰ ਛੁਪੀਆਂ ਜਿਹੜੀਆਂ ਕੁਆਲਿਟੀਆਂ ਐ ਉਹ ਬਾਹਰ ਆ ਸਕਣ